ਜ਼ਿਆਦਾ ਦੇਰ ਕਰਤੀ ਤੁਸੀਂ, ਤੁਸੀਂ ਬਹੁਤ ਜ਼ਿਆਦਾ ਦੇਰ ਕਰਤੀ ਦੀਦੀ। ਰੀਆ ਕੀ ਕਰਦੀ, ਜਿੱਥੇ ਮਾਂ ਦੇ ਦੁੱਖ ਵੇਖ ਕੇ ਅਕਲ ਆਈ ਦਾ, ਜੇ ਭਰਾ ਵਾਰੀ ਦੁੱਖ ਸਮਝ ਲੈਂਦੀ ਨਾ ਉਹਦੇ, ਤੇ ਅੱਜ ਸਾਡਾ ਘਰ ਵਸਿਆ ਹੁੰਦਾ। ਪਰ ਦੀਦੀ ਮੈਂ ਤਾਂ ਉੱਜੜ ਗਈ ਨਾ, ਮੈਨੂੰ ਤਾਂ ਕੋਈ ਵੀ ਨਹੀਂ ਰੱਖ ਰਿਹਾ, ਇਹ ਵੀ ਮੈਨੂੰ ਬੋਝ ਸਮਝਦੇ ਨੇ ਤੇ ਕੱਢਣ ਨੂੰ ਹੀ ਫਿਰਦੇ ਨੇ। ਏਦਾਂ ਕਿੱਦਾਂ ਰਿਆ, ਤੈਨੂੰ ਕੋਈ ਘਰੋਂ ਕੱਢ ਦੇਗਾ, ਜਿਹੜਾ ਤੇਰੇ ਪੇਟ 'ਚ ਬੱਚਾ ਪਲਦਾ ਪਿਆ ਨਾ, ਮੇਰੇ ਭਰਾ ਦਾ ਖੂਨ ਹੈ, ਐਵੇਂ ਕਿਵੇਂ ਤੈਨੂੰ ਕੋਈ ਹੋਰ ਲੈ ਜਾਏਗਾ। ਦੀਦੀ ਜੇ ਅੱਜ ਤੁਸੀਂ ਮੈਨੂੰ ਜਿੰਦਾ ਦੇਖ ਰਹੇ ਹੋ ਨਾ, ਤਾਂ ਸਿਰਫ ਇਹਦੇ ਕਰਕੇ, ਕਿਉਂਕਿ ਕੋਈ ਦਿਨ ਐਸਾ ਨਹੀਂ ਗਿਆ ਜਿਸ ਦਿਨ ਇਹਨੇ ਮੈਨੂੰ ਅਹਿਸਾਸ ਨਾ ਕਰਾਇਆ ਹੋਵੇ ਕਿ ਅੱਜੂ ਮੇਰੇ ਕੋਲ ਨਹੀਂ ਹੈਗੇ। ਰੀਆ ਮੈਂ ਉਹਦੇ ਮੂੰਹ ਨੂੰ ਤਾਂ ਖਿੱਚ ਚੱਲੀ ਆਈ ਹਾਂ, ਸਾਨੂੰ ਜਵਾਬ ਅਤੇ ਤੂੰ ਦੋਨੋਂ ਚਾਹੀਦੇ ਨੇ। ਦੇਖੋ ਤਾਂ ਸਹੀ ਇਹ ਕੀ ਕਰਨ ਆਈ ਹੈ, ਅਤੇ ਕੁੜੀ ਨੂੰ ਕੋਈ ਭੜਕਾਉਂਦੀ ਤਾਂ ਨਹੀਂ ਪਈ ਇਹ? ਹਾਂ ਮੈਂ ਚੱਕ ਕੇ ਆਉਂਦੀ। ਇਹ ਕੌਣ ਸੀ ਕੁੜੀ, ਨਾਲ ਰੀਆ ਨੂੰ ਕਿਉਂ ਕਹਿ ਰਹੀ ਸੀ ਨਾਲ ਚੱਲ? ਇਹ ਰੀਆ ਦੀ ਨਾ ਨਣਦ ਆ, ਜਿੱਥੇ ਰੀਆ ਪਹਿਲਾਂ ਵਿਆਹੀ ਸੀਗੀ, ਅਤੇ ਇਹਨਾਂ ਨੇ ਪਹਿਲਾਂ ਇਹਨੂੰ ਕਿਰਾਇਆਂ 'ਤੇ ਧੱਕੇ ਖਵਾਏ ਆ, ਅਤੇ ਹੁਣ ਇਹਨੂੰ ਲੈਣ ਆ ਗਈ। ਆਪਾਂ ਇੱਦਾਂ ਕਿੱਦਾਂ ਤੋਰ ਦਾਂਗੇ, ਆਪਾਂ ਤਾਂ ਕੁੜੀ ਤੇਰੇ ਨਾਲ ਹੀ ਤੋਰਨੀ ਆ। ਦੇਖ ਲਾ ਕੋਈ ਪੰਗਾ ਨਾ ਪਵਾ ਦੀ, ਕਾਨੂੰਨੀ ਤੌਰ 'ਤੇ ਤਾਂ ਹੱਕ ਇਹਨਾਂ ਦਾ ਹੀ ਹੈ। ਕਾਨੂੰਨੀ ਤੌਰ 'ਤੇ ਤਾਂ ਕੇਸ ਇਹਨਾਂ 'ਤੇ ਵੀ ਬਣਦਾ, ਜਿੱਦਾਂ ਦੀ ਕੁੜੀ ਇੱਥੇ ਆਈ ਹੈ ਇਹਨਾਂ ਨੇ ਰੁਪਈਆ ਨਹੀਂ ਦਿੱਤਾ, ਅਤੇ ਪਹਿਲਾਂ ਇਹਨਾਂ ਨੇ ਘਰੇ ਨਾ ਰੱਖੀ ਹੈ। ਕਦੇ ਇਹ ਹਿਸਾਬ ਤਾਂ ਨਹੀਂ, ਜਵਾਕ ਤਾਂ ਪਹਿਲਾਂ ਇੱਥੇ ਪਲ ਗਿਆ, ਹੁਣ ਲੈਣ ਆ ਗਏ। ਹੁਣ ਜਵਾਕ ਹੋਣ ਨੂੰ ਟਾਈਮ ਵੀ ਕਿੰਨਾ ਕੁ ਰਹਿ ਗਿਆ, ਹੁਣ ਤਾਂ ਇਹ ਆਪਦੀ ਲਾਲਸਾ ਪੂਰੀ ਕਰਨ ਨੂੰ ਆਈ ਆ, ਇਹਦੇ ਜਵਾਕ ਨਹੀਂ ਨਾ ਹੈਗਾ ਗਾ, ਅਤੇ ਇਹਨੂੰ ਐਂ ਵੀ ਜਵਾਕ ਮਿਲ ਜੂਗਾ। ਮੈਂ ਤਾਂ ਆਪਦੇ ਭਤੀਜੇ ਨੂੰ ਤਿਆਂ ਵਿਆਹੁਣੀ ਆ, ਜੇ ਮੈਨੂੰ ਜਵਾਕ ਵੀ ਮਿਲੂਗਾ, ਬਿਨਾਂ ਜਵਾਕ ਤੋਂ ਤਾਂ ਰਿਸ਼ਤੇ ਬਥੇਰੇ ਆ ਮੇਰੇ ਭਤੀਜੇ ਨੂੰ। ਕਾਹਨੂੰ ਟੈਨਸ਼ਨ ਲੈਣੀ ਆ, ਤੈਨੂੰ ਕੁੜੀ ਵੀ ਦੇਵਾਂਗੇ ਅਤੇ ਜਵਾਕ ਵੀ ਦੇਵਾਂਗੇ। ਹਾਂਜੀ ਜੈਸਮੀਨ ਜੀ, ਅੱਜ ਤੁਹਾਨੂੰ ਕਿੱਦਾਂ ਯਾਦ ਆ ਗਈ, ਕੁੜੀ ਆਈ ਨੂੰ 5 ਮਹੀਨੇ ਹੋ ਚੱਲੇ। ਮਾਸੀ ਜੀ ਜਿੰਨਾ ਹੱਕ ਤੁਹਾਡਾ ਕੁੜੀ 'ਤੇ ਬਣਦਾ ਨਾ, ਉਹਨਾਂ ਸਾਡਾ ਵੀ ਬਣਦਾ। ਇਸ ਟਾਈਮ ਹੈਗੀ ਤਾਂ ਸਾਡੀ ਹੋਈ ਹੈ। ਹੈਗੀ ਸੀ ਤੁਹਾਡੀ, ਹੁਣ ਨਹੀਂ ਹੈਗੀ। ਇਹ ਮੇਰੀ ਧੀ ਹੈ, ਇਹ ਮੈਂ ਦੇਖਣਾ ਕਿ ਮੈਂ ਇਹਦੇ ਨਾਲ ਕਿੱਦਾਂ ਕਰਨਾ ਅਤੇ ਕਿੱਦਾਂ ਨਹੀਂ। ਜ਼ਿਆਦਾ ਹੱਕ ਜਮਾਉਣ ਦੀ ਨਾ ਲੋੜ ਨਹੀਂ ਹੈਗੀ। ਮਾਸੀ ਜੀ ਜਿੱਦਾਂ ਤੁਹਾਡੀ ਧੀ ਚਾਹੁੰਦੀ ਤੁਸੀਂ ਉੱਦਾਂ ਕਰ ਲਵੋ, ਇਹਨੂੰ ਪੁੱਛ ਲਵੋ ਇਹ ਦੂਜੇ ਵਿਆਹ ਵਾਸਤੇ ਤਿਆਰ ਹੈਗੀ ਕਿ ਨਹੀਂ ਹੈਗੀ। ਹੋਵੇ ਜਾਂ ਨਾ ਹੋਵੇ, ਸਾਡੇ ਘਰ 'ਚ ਤੈਨੂੰ ਦਖਲ ਅੰਦਾਜ਼ੀ ਦੇਣ ਦੀ ਕੋਈ ਲੋੜ ਨਹੀਂ ਹੈ। ਆ ਬਾਹਰ ਜਿਹੜੇ ਆਏ ਹੋਏ ਆ ਨਾ, ਇਹਨੂੰ ਦੇਖਣ ਵਾਸਤੇ ਆਏ ਹੋਏ ਆ, ਪਹਿਲਾਂ ਤੁਸੀਂ ਉੱਧਰ ਸਾਡੀ ਬੇਇੱਜ਼ਤੀ ਕਰਤੀ, ਹੁਣ ਤੂੰ ਇੱਥੇ ਕਰਵਾਉਣ ਆ ਗਈ ਸਾਡੀ ਬੇਇੱਜ਼ਤੀ। ਮਾਸ ਜੀ ਧੀਆਂ ਨਾ ਰੱਬ ਕਰਮਾਂ ਵਾਲਿਆਂ ਨੂੰ ਦਿੰਦਾ ਵੈ, ਧੀਆਂ ਦੇ ਨਾਲ ਧੱਕਾ ਨਹੀਂ ਕਰਨਾ ਚਾਹੀਦਾ। ਅਸੀਂ ਤਾਂ ਚਲੋ ਧੱਕਾ ਇਹਦੇ ਨਾਲ ਕੀਤਾ ਹੀ ਸੀ, ਤੁਸੀਂ ਕਿਉਂ ਕਰਦੇ ਪਏ ਹੋ, ਤੁਸੀਂ ਤਾਂ ਇਹਨੂੰ ਢਿੱਡੋ ਜੰਮੇ ਆ। ਜਦੋਂ ਤੁਹਾਡੇ ਮੁੰਡੇ ਨਾਲ ਇਹਨੂੰ ਮੈਂ ਵਿਆਹ ਕੇ ਤੋਰਿਆ ਸੀ ਨਾ, ਤਾਂ ਤੁਸੀਂ ਉਦੋਂ ਇਹਨੂੰ ਧੀ ਬਣਾ ਕੇ ਲੈ ਕੇ ਗਏ ਸੀ, ਤੁਹਾਨੂੰ ਕਿਹਨੇ ਹੱਕ ਦਿੱਤਾ ਸੀ ਕਿ ਇਹਨੂੰ ਕਿਰਾਏ ਤੇ ਰੋਲਣ ਵਾਸਤੇ ਮਜਬੂਰ ਕਰਤਾ? ਮਾਸੀ ਜੀ ਸਾਨੂੰ ਤਾਂ ਇਸ ਚੀਜ਼ ਦੀ ਸਜ਼ਾ ਹੀ ਬਹੁਤ ਵੱਡੀ ਮਿਲ ਗਈ ਹੈ, ਮੇਰਾ ਜਵਾਨ ਭਰਾ ਸਾਡੇ ਹੱਥੋਂ ਚਲਾ ਗਿਆ, ਜੇ ਤੁਸੀਂ ਵੀ ਕੋਈ ਸਜ਼ਾ ਦੇਣੀ ਹੈ ਤਾਂ ਦੇ ਸਕਦੇ ਹੋ। ਜੇ ਰੱਬ ਨੇ ਹੀ ਤੁਹਾਨੂੰ ਐਡੀ ਵੱਡੀ ਸਜ਼ਾ ਦੇਤੀ ਤਾਂ ਮੇਰੀ ਕੀ ਔਕਾਤ ਕਿ ਮੈਂ ਤੁਹਾਨੂੰ ਕੋਈ ਸਜ਼ਾ ਦੇਵਾਂ। ਜਸਮੀਨ ਚੁੱਪ ਕਰਕੇ ਨਾ ਤੂੰ ਬਾਹਰ ਚਲ ਜਾ, ਤੂੰ ਨਾ ਮੇਰੀ ਕੁੜੀ 'ਤੇ ਅੱਖ ਨਾ ਰੱਖ ਆਪਣੀ। ਮੰਮੀ ਤੁਹਾਡੇ ਦਿਮਾਗ 'ਚ ਫਰਕ ਫੁਰਕ ਪੈ ਗਿਆ, ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ? ਮੈਂ ਤੁਹਾਨੂੰ ਕਿੰਨੀ ਵਾਰੀ ਸਮਝਾਇਆ ਕਿ ਮੇਰੇ ਸਾਹਮਣੇ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ, ਜਦ ਅਗਲਾ ਆਪਣੇ ਪੈਰੀ ਚੱਲ ਕੇ ਮੈਨੂੰ ਲੈਣ ਆਇਆ, ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ? ਠੀਕ ਹੈ ਜੇ ਤੂੰ ਇਹਦੇ ਨਾਲ ਤੁਰਨਾ ਹੈ ਨਾ ਤਾਂ ਚੱਲ ਜਾ, ਮੁੜ ਕੇ ਨਾ ਤਾਂ ਤੈਨੂੰ ਇਸ ਘਰ 'ਚ ਮੈਂ ਵੜਨ ਦਊਂਗੀ ਅਤੇ ਨਾ ਹੀ ਪ੍ਰੀਤ ਅਤੇ ਪਵਨ ਨਾਲ ਤੈਨੂੰ ਕਦੇ ਸਾਰੀ ਜ਼ਿੰਦਗੀ ਵਰਤਣ ਦਊਂਗੀ। ਹੱਦ ਕਰਦੇ ਹੋ ਮਾਸੀ ਜੀ ਤੁਸੀਂ ਵੀ, ਇੱਕ ਤਾਂ ਰੱਬ ਨੇ ਇਹਨੂੰ ਇੰਨੀ ਵੱਡੀ ਸਜ਼ਾ ਦੇ ਦਿੱਤੀ, ਉਹਦਾ ਘਰ ਵਾਲਾ ਔਰ ਤੋਂ ਦੂਰ ਕਰਤਾ, ਹੁਣ ਤੁਸੀਂ ਉਹਦੇ ਭੈਣ ਭਰਾ ਕੋਲ ਤੋਂ ਦੂਰ ਕਰਨਾ ਚਾਹੁੰਦੇ ਹੋ? ਇਹ ਨਾ ਮੇਰੇ ਘਰ ਦਾ ਮਸਲਾ, ਤੈਨੂੰ ਕੋਈ ਹੱਕ ਨਹੀਂ ਹੈ ਮੇਰੇ ਘਰ ਦੀਆਂ ਗੱਲਾਂ ਦੇ ਵਿੱਚ ਬੋਲਣ ਦਾ। ਮਾਸੀ ਜੀ ਜੇ ਤੁਹਾਡੀ ਧੀ ਸਾਡੇ ਨਾਲ ਚੱਲਣ ਨੂੰ ਤਿਆਰ ਹੈ, ਜੇ ਉਹਦਾ ਘਰ ਦੁਬਾਰਾ ਵਸਦਾ ਪਿਆ, ਤੇ ਕਿਉਂ ਤੁਸੀਂ ਉਹਦੇ ਨਾਲ ਜ਼ਬਰਦਸਤੀ ਦੂਸਰੇ ਵਿਆਹ ਦੇ ਕਰਦੇ ਪਏ ਹੋ?
ਜੇ ਤੂੰ ਆਪਣੇ ਭਰਾ ਵਾਸਤੇ ਕੋਈ ਕੁੜੀ ਦੇਖਣ ਜਾਂਦੀ ਤੇ ਉੱਥੇ ਤੈਨੂੰ ਉਹ ਨਾ ਕਰ ਦਿੰਦੇ, ਤੈਨੂੰ ਕਿੱਦਾਂ ਦਾ ਲੱਗਦਾ? ਤੇ ਅਗਲਾ ਵੀ ਆਪਣੇ ਭਤੀਜੇ ਦਾ ਰਿਸ਼ਤਾ ਲੈ ਕੇ ਆਇਆ ਤਾਂ ਅਸੀਂ ਉਹਨੂੰ ਨਾ ਕਰਦੇ ਚੰਗੇ ਲੱਗਦੇ ਹਾਂ। ਮੰਮੀ ਮੈਨੂੰ ਇੱਕ ਗੱਲ ਦੱਸੋ, ਇਹ ਚੀਜ਼ ਕਿੱਥੇ ਲਿਖੀ ਹੈ ਕਿ ਜੇ ਕੋਈ ਮੈਨੂੰ ਦੇਖਣ ਆਇਆ ਤੇ ਤੁਸੀਂ ਮੈਨੂੰ ਜ਼ਬਰਦਸਤੀ ਉਹ ਨਾਲ ਤੋਰਨਾ ਹੀ ਤੋਰਨਾ? ਇਹ ਤਾਂ ਮੰਮੀ ਫਿਰ ਮੇਰੇ ਨਾਲ ਧੱਕਾ ਹੀ ਹੋਇਆ ਨਾ। ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਹੁਣ ਮੈਂ ਆਪਣੀ ਲਾਈਫ ਆਪਣੇ ਹਿਸਾਬ ਨਾਲ ਜੀਣੀ ਹੈ। ਜੇ ਤੁਸੀਂ ਫਿਰ ਵੀ ਮੇਰੇ ਨਾਲ ਧੱਕਾ ਕਰਨਾ ਕਿ ਤੁਸੀਂ ਮੈਨੂੰ ਉਹਨਾਂ ਨਾਲ ਤੋਰਨਾ ਹੀ ਹੈ, ਫਿਰ ਮੈਂ ਇੱਥੇ ਖੜੀ ਹਾਂ। ਲਾ ਲਓ ਜ਼ੋਰ ਜਿੰਨਾ ਲਾ ਸਕਦੇ ਹੋ। ਰੀਆ, ਤੂੰ ਮਾਸੀ ਜੀ ਨਾਲ ਕਿੱਦਾਂ ਗੱਲ ਕਰਦੀ ਪਈ ਆ? ਉਹ ਤਾਂ ਤੇਰਾ ਕੋਈ ਹੱਕ ਨਹੀਂ ਬਣਦਾ ਉਹਨਾਂ ਨਾਲ ਬਦਤਮੀਜ਼ੀ ਨਾਲ ਗੱਲ ਕਰਨ ਦਾ। ਉਹਨਾਂ ਨੇ ਤੈਨੂੰ ਟਿੱਡੋ ਜੰਮੇ ਆ। ਦੀਦੀ, ਮੈਂ ਮੰਨਦੀ ਹਾਂ ਤੁਹਾਡੀਆਂ ਗੱਲਾਂ, ਪਰ ਫਿਰ ਵੀ ਮੰਮੀ ਨੂੰ ਕੀ ਹੱਕ ਹੈ ਕਿ ਜਿਹੜਾ ਕੀੜਾ ਆਵੇ ਮੈਨੂੰ ਉਹਦੇ ਲਾੜੀ ਲਾਈ ਜਾਂਦੇ ਨੇ? ਮੇਰੀ ਵੀ ਆਪਣੀ ਕੋਈ ਲਾਈਫ ਹੈ ਦੀਦੀ। ਮਾਸੀ ਜੀ, ਆਹ ਹੱਥ ਬੰਨੇ ਤੁਹਾਡੇ ਅੱਗੇ, ਜੇ ਤੁਸੀਂ ਰੀਆ ਨੂੰ ਸਾਡੇ ਨਾਲ ਨਹੀਂ ਤੋਰਨਾ ਨਾ ਤੇ ਇਹਨੂੰ ਕਿਤੇ ਹੋਰ ਵੀ ਨਾ ਤੋਰੋ। ਤੁਹਾਡਾ ਕੀ ਪਤਾ, ਤੁਸੀਂ ਗਿਰਗਿਟ ਵਾਂਗਣ ਕਦੋਂ ਰੰਗ ਬਦਲ ਜਾਓ ਕਿ ਮਹੀਨੇ ਬਾਅਦ ਫਿਰ ਮੇਰੀ ਧੀ ਨੂੰ ਦੁਬਾਰਾ ਘਰੋਂ ਕੱਢ ਦਿਓ। ਮੇਰਾ ਭਰਾ ਗਿਆ ਹੋਵੇ ਹੁਣ ਨਿਸ਼ਾਨੀ ਪੱਖੋਂ ਨਾ, ਰੀਆ ਤੇ ਉਹਦਾ ਬੱਚਾ ਹੀ ਹੈ ਸਾਡੇ ਕੋਲ ਤੇ ਅਸੀਂ ਇਹਦੇ ਵਾਸਤੇ ਕੁਛ ਵੀ ਕਰ ਸਕਦੇ ਹਾਂ। ਜੇ ਕਹਿੰਦੇ ਹੋ ਤੇ ਮੈਂ ਤੁਹਾਡੇ ਪੈਰੀ ਵੀ ਪੈ ਜਾਂਦੀ ਹਾਂ। ਤੂੰ ਜੈਸਮੀਨ ਇਹਨਾਂ ਦੇ ਪੈਰੀ ਕਿਉਂ ਪਈਆਂ? ਅਗਲੇ ਦੀ ਧੀ ਆ, ਜਿੱਥੇ ਮਰਜ਼ੀ ਵਿਆਹਣ। ਜੇ ਮੈਂ ਕਿਸੇ ਦੇ ਪੈਰੀ ਪੈ ਸਕਦੀ ਹਾਂ ਨਾ ਤੇ ਆਪਣੇ ਭਰਾ ਵਾਸਤੇ ਕਿਸੇ ਦੇ ਪੈਰ ਵੱਢ ਵੀ ਸਕਦੀ ਹਾਂ। ਦੇਖ, ਤੂੰ ਵਿਚੋਲਨ ਹੈ, ਤੂੰ ਸਭ ਦੇ ਘਰ ਵਸਾ ਵੀ ਸਕਦੀ ਤੇ ਉਜਾੜ ਵੀ ਸਕਦੀ ਹੈ। ਜੇ ਇਸ ਟਾਈਮ ਤੂੰ ਸਾਡਾ ਘਰ ਵਸਾ ਦੇ ਤੇ ਤੇਰਾ ਕੀ ਜਾਵੇ? ਜਦੋਂ ਮੈਂ ਕੁੜੀ ਵਿਆਹੀ ਸੀ ਤੁਹਾਡੇ ਘਰੇ ਵਸਾਉਣ ਲਈ ਵਿਆਹੀ ਸੀ। ਆ ਕੁੜੀ ਦੀ ਮਾਂ ਖੜੀ ਆ, ਕੁੜੀ ਖੜੀ ਆ, ਪੁੱਛੋ ਇਹਨਾਂ ਨੂੰ ਕਦੇ ਮੈਂ ਕੋਈ ਲੂਤਰੀ ਲਾਈ ਆ ਤੁਹਾਡੇ ਖਿਲਾਫ? ਸੋਨੀਆ ਦੀਦੀ, ਉਹ ਮੈਨੂੰ ਲੈਣ ਆਏ ਨੇ ਤੇ ਨਾਲੇ ਮੈਂ ਉਹਨਾਂ ਨਾਲ ਜਾਣ ਨੂੰ ਤਿਆਰ ਵੀ ਹਾਂ। ਜੇ ਤੁਸੀਂ ਚਾਹੋ ਤੇ ਮੰਮੀ ਨੂੰ ਸਮਝਾ ਸਕਦੇ ਹੋ, ਕਿਉਂਕਿ ਮੈਂ ਦੂਜਾ ਵਿਆਹ ਤੇ ਕਰਾਉਣਾ ਨਹੀਂ, ਬੰਦਾ ਵੀ ਵੈਸੇ ਮੇਰਾ ਜਾਣਾ ਹੀ ਹੈ। ਜਾ ਰਹੀ ਆ, ਮੈਂ ਤੈਨੂੰ ਰੋਕਦੀ ਨਹੀਂ, ਲੈ ਜਾ ਜੈਸਮੀਨ ਇਹਨੂੰ। ਪਰ ਜੇ ਕੱਲ੍ਹ ਨੂੰ ਕੋਈ 19-21 ਹੋ ਗਈ ਨਾ, ਫਿਰ ਮੇਰੇ ਦਰਾਂ ਮੂਹਰੇ ਨਾ ਖੜਿਓ ਆ ਕੇ। ਸੋਨੀਆ, ਤੇਰੇ ਦਰ ਤਾਂ ਛੱਡ, ਮੈਂ ਤਾਂ ਇਹਨੂੰ ਆਪਣੇ ਦਰਾਂ ਤੇ ਨਹੀਂ ਚੜਨ ਦੇਣਾ। ਮਾਸੀ ਜੀ, ਤੁਸੀਂ ਟੈਨਸ਼ਨ ਨਾ ਲਵੋ, ਅਸੀਂ ਇਹਨੂੰ ਇੰਨਾ ਖੁਸ਼ ਰੱਖਾਂਗੇ ਕਿ ਇਹਨੂੰ ਤੁਹਾਡੀ ਦਰਾਂ ਦੀ ਯਾਦ ਹੀ ਨਹੀਂ ਆਉਣੀ। ਪਰ ਅਸੀਂ ਨਾ ਤੁਹਾਨੂੰ ਮਜਬੂਰ ਕਰ ਦਾਂਗੇ ਆਪਣੀ ਧੀ ਨੂੰ ਮਿਲਣ ਵਾਸਤੇ। ਜਿਹੜੇ ਹੁਣ ਉਹ ਬਾਹਰ ਆਏ ਬੈਠੇ ਨੇ ਉਹਨਾਂ ਨੂੰ ਦੱਸੋ ਮੈਂ ਕੀ ਕਰਾਂ। ਮੈਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹਾਂ। ਪਹਿਲਾਂ ਤੁਹਾਡੇ ਮੁੰਡੇ ਨੇ ਮੇਰੀ ਬੇਇੱਜ਼ਤੀ ਕਰਾਈ, ਹੁਣ ਤੁਹਾਡੀ ਧੀ ਨੇ ਮੇਰੀ ਬੇਇੱਜ਼ਤੀ ਕਰਾਈ ਹੈ। ਸੋਨੀਆ, ਕੋਈ ਨਾ, ਉਹ ਵੀ ਕਿਸੇ ਉਮੀਦ ਨਾਲ ਹੀ ਆਏ ਨੇ, ਉਹਨਾਂ ਨਾਲ ਮੈਂ ਗੱਲ ਕਰਦੀ ਹਾਂ ਜਾ ਕੇ। ਸਾਰੇ ਮੇਰੇ ਆਲੇ ਦੁਆਲੇ ਘੇਰਾ ਬਣਾ ਕੇ ਖੜੇ ਹੋ ਗਏ। ਦੇਖੋ ਦੀਦੀ, ਇਹਨਾਂ ਨੇ ਤੁਹਾਨੂੰ ਦੱਸਿਆ ਹੋਏਗਾ ਕਿ ਰੀਆ ਪਹਿਲੇ ਸਾਡੇ ਘਰੇ ਵਿਆਹੀ ਸੀਗੀ ਤੇ ਤੁਸੀਂ ਮੈਨੂੰ ਪਤਾ ਲੱਗਾ ਕਿ ਆਪਣੇ ਭਤੀਜੇ ਦਾ ਰਿਸ਼ਤਾ ਲੈ ਕੇ ਆਏ ਹੋ ਤੇ ਪਰ ਅਸੀਂ ਰੀਆ ਨੂੰ ਨਾ ਕਿਤੇ ਹੋਰ ਨਹੀਂ ਤੋਰਨਾ, ਅਸੀਂ ਇਹਨੂੰ ਆਪਣੇ ਘਰ ਵਾਪਸ ਲੈ ਕੇ ਜਾਣਾ। ਜੇ ਗੱਲ ਸੀ ਤਾਂ ਪਹਿਲਾਂ ਦੱਸ ਦੇ, ਘਰੇ ਬੁਲਾ ਕੇ ਬੇਇੱਜ਼ਤੀ ਕਾਹਨੂੰ ਕੀਤੀ? ਕੋਈ ਗੱਲ ਨਹੀਂ ਰਵਿੰਦਰ, ਇਹ ਚੀਜ਼ ਦਾ ਮੈਨੂੰ ਵੀ ਨਹੀਂ ਸੀ ਪਤਾ, ਪਰ ਮੈਂ ਤੇ ਹੁਣ ਮਾਫੀ ਮੰਗਦੀ ਹਾਂ। ਮਾਫੀ ਤੁਹਾਡੇ ਤੋਂ ਮੈਂ ਵੀ ਮੰਗਦੀ ਹਾਂ, ਇਹ ਤਾਂ ਇਹਨਾਂ ਨੂੰ ਵੀ ਨਹੀਂ ਸੀ ਪਤਾ ਕਿ ਸਾਡੇ ਘਰੇ ਰੀਆ ਨੂੰ ਵਾਪਸ ਲਿਜਾਣ ਦੀਆਂ ਸਲਾਹਾਂ ਚੱਲਦੀਆਂ ਪਈਆਂ। ਚਲੋ, ਸਾਡੇ ਘਰ ਵੀ ਆਉਂਦੇ ਤਾਂ ਮੈਂ ਵੀ ਇਹਨੂੰ ਖੁਸ਼ ਹੀ ਰੱਖਣਾ ਸੀ। ਹੁਣ ਮੈਂ ਤੁਹਾਡੇ ਤੋਂ ਉਮੀਦ ਕਰਦੀ ਹਾਂ ਕਿ ਤੁਸੀਂ ਇਹਨੂੰ ਖੁਸ਼ ਰੱਖੋਗੇ ਤਾਂ ਅੱਗੇ ਤੋਂ ਇਹ ਦੁਬਾਰਾ ਗਲਤੀ ਨਹੀਂ ਦੁਹਰਾਓਗੇ। ਚੱਲ ਰਵਿੰਦਰ, ਆਪਾਂ ਚੱਲੀਏ।
ਦੀਦੀ ਮਨ ਤਾਂ ਮੇਰਾ ਵੀ ਹੈਗਾ ਆਣ ਤੇ, ਪਰ ਫਿਰ ਵੀ ਜਿੱਦਾਂ ਦੀ ਵੀ ਹੈਗੀ ਤਾਂ ਮੇਰੀ ਮਾਂ ਹੈ ਨਾ, ਸਲਾਹ ਤਾਂ ਮੈਨੂੰ ਉਹਨਾਂ ਨਾਲ ਕਰਨੀ ਨੀ ਪੈਣੀ ਹੈ। ਹਾਂ ਇਹ ਤਾਂ ਹੈ ਹੀ ਹੈ, ਮਾਂ ਦਾ ਹੱਕ ਪਹਿਲੇ ਹੈ ਤੇਰੇ ਤੇ, ਇਹ ਥੋੜੀ ਜੇ ਅਸੀਂ ਬੁਲਾ ਲਿਆ ਤੇ ਤੂੰ ਉਹਨਾਂ ਨੂੰ ਕੁਝ ਪੁੱਛੇਂਗੀ ਨਹੀਂ, ਉਹਨਾਂ ਨਾਲ ਸਲਾਹ ਕਰਕੇ ਬਸ ਖੁਸ਼ੀ ਖੁਸ਼ੀ ਘਰ ਵਾਪਸ ਆਈ। ਪਰ ਦੀਦੀ ਕਿਤੇ ਨਾ ਕਿਤੇ ਨਾ ਮੇਰੇ ਮਨ 'ਚ ਇੱਕ ਵਹਿਮ ਹੈ ਕਿ ਕਿਤੇ ਤੁਸੀਂ ਆ ਝੂਠੇ ਹੰਝੂ ਬੱਚੇ ਕਰਕੇ ਤਾਂ ਨਹੀਂ ਕੱਢਦੇ ਪਏ। ਹਾਂ ਰੀਆ ਤੇਰਾ ਸੋਚਣਾ ਬਿਲਕੁਲ ਜਾਇਜ਼ ਹੈ, ਕਿਉਂਕਿ ਅਸੀਂ ਤੇਰੇ ਨਾਲ ਕੀਤੀਆਂ ਹੀ ਬਹੁਤ ਮਾੜੀਆਂ ਨੇ, ਨਾਲੇ ਜਦੋਂ ਦਾ ਮੇਰਾ ਭਰਾ ਮੇਰੇ ਤੋਂ ਦੂਰ ਹੋਇਆ ਨਾ ਅੰਦਰੋਂ ਦੀ ਮੈਂ ਟੁੱਟ ਗਈ ਹਾਂ, ਪਰ ਹੁਣ ਅਸੀਂ ਇੱਕ ਮਾਂ ਤੋਂ ਉਹਦਾ ਬੱਚਾ ਥੋੜ੍ਹੀ ਅਲੱਗ ਕਰ ਦਾਂਗੇ। ਚਲੋ ਦੀਦੀ ਤੁਹਾਨੂੰ ਆਪਣੀਆਂ ਗਲਤੀਆਂ ਦਾ ਅੱਜੂ ਦੇ ਜਾਣ ਤੋਂ ਬਾਅਦ ਅਹਿਸਾਸ ਤਾਂ ਹੋਇਆ, ਅੱਜੂ ਦੇ ਜਾਣ ਦਾ ਗਮ ਮੈਨੂੰ ਵੀ ਹੈ, ਪਰ ਇਸ ਖੁਸ਼ੀ ਨੇ ਉਸ ਗਮ ਨੂੰ ਮੇਰੇ ਉੱਤੇ ਕਦੇ ਹਾਵੀ ਨਹੀਂ ਹੋਣ ਦਿੱਤਾ। ਬਸ ਛੋਟੀਏ ਭੈਣੇ ਘਰੇ ਆ ਜਾ, ਤੇਰੇ ਤੇ ਤੇਰੇ ਬੱਚੇ ਦੇ ਬਣਦੇ ਹੱਕ ਸਾਰੇ ਦੇਵਾਂਗੇ। ਦੀਦੀ ਅਸੀਂ ਤਿੰਨੋਂ ਭੈਣ ਭਰਾ ਮਿਲ ਕੇ ਨਾ ਮੰਮੀ ਨੂੰ ਮਨਾਉਂਦੇ ਹਾਂ, ਫਿਰ ਜਿੱਦਾਂ ਵੀ ਬਣਦੀ ਹੋਈ ਮੈਂ ਤੁਹਾਨੂੰ ਫੋਨ ਕਰਾਂਗੀ। ਮੰਮੀ ਰਸੋਈ 'ਚ ਨਾ ਸਾਰਾ ਸਮਾਨ ਬਣਿਆ ਪਿਆ ਖਾਣ ਪੀਣ ਦਾ, ਜਿਹੜੀ ਚੀਜ਼ ਦੀ ਲੋੜ ਹੋਏਗੀ ਤੇ ਲੈ ਲੈਣਾ, ਮੈਂ ਜਰਾ ਕੰਮ ਜਾ ਕੇ ਆਈ। ਪੁੱਤ ਤੂੰ ਕੱਲ੍ਹ ਵੀ 2 ਘੰਟੇ ਗਾਇਬ ਰਹੀ ਹੈ ਅਤੇ ਤੂੰ ਅੱਜ ਵੀ ਚੱਲੀ ਹੈ, ਤੈਨੂੰ ਇਹੋ ਜਿਹੇ ਕਿਹੜੇ ਜ਼ਰੂਰੀ ਕੰਮ ਪੈਣ ਲੱਗ ਗਏ? ਬਸ ਮੰਮੀ ਮੈਂ ਨਾ ਸੋਚਦੀ ਪਈ ਹਾਂ ਕਿ ਰੀਆ ਨੂੰ ਕਿਸ ਤਰੀਕੇ ਘਰੇ ਵਾਪਸ ਲੈ ਕੇ ਆਵਾਂ, ਬਸ ਉਹੀ ਸਕੀਮਾਂ ਲਾਉਂਦੀ ਪਈ ਹਾਂ। ਮੈਂ ਜਰਾ ਸਰੋਜ ਆਂਟੀ ਨਾਲ ਗੱਲ ਕਰਨ ਚੱਲੀ ਸੀ, ਚਲ ਉਹਨਾਂ ਦੀ ਵੀ ਕੋਈ ਸਲਾਹ ਲੈ ਲਈਏ। ਪੁੱਤ ਉਹਦਾ ਆਉਣ ਦਾ ਤਾਂ ਇੱਥੇ ਮਨ ਹੈਗਾ, ਪਰ ਉਹਦੇ ਘਰਦਿਆਂ ਨੇ ਨਾ ਆਉਣ ਨਹੀਂ ਦੇਣਾ, ਤੂੰ ਐਵੇਂ ਨਾ ਫਾਲਤੂ ਜ਼ੋਰ ਨਾ ਲਾਈ ਜਾ, ਤੇ ਤੈਨੂੰ ਕੋਈ ਐਵੇਂ ਫਾਲਤੂ ਬੋਲੂਗਾ ਤੇ ਫਿਰ ਮੈਨੂੰ ਚੰਗਾ ਨਹੀਂ ਲੱਗਣਾ। ਮੰਮੀ ਤੁਸੀਂ ਹੁਣ ਮੈਨੂੰ ਕਹਿ ਰਹੇ ਹੋ ਨਾ ਕਿ ਕੱਲ੍ਹ ਤੂੰ 2 ਘੰਟੇ ਕਿੱਥੇ ਗਾਇਬ ਰਹੀ, ਮੈਂ ਨਾ ਕੱਲ੍ਹ ਰੀਆ ਘਰ ਗਈ ਸੀਗੀ। ਮੰਮੀ ਪਤਾ ਨਹੀਂ ਰੀਆ ਦੀ ਮੰਮੀ ਨੂੰ ਕੀ ਹੋ ਗਿਆ, ਉਹ ਤੇ ਨਾ ਰੀਆ ਦਾ ਦੂਜਾ ਵਿਆਹ ਕਰਾਉਣ ਨੂੰ ਫਿਰਦੀ ਪਈ ਹੈ, ਜਦ ਮੈਂ ਜਾ ਕੇ ਦੇਖਿਆ ਉਹਨੂੰ ਤਾਂ ਵੇਖਣ ਵਾਲੇ ਆਏ ਹੋਏ ਸੀਗੇ। ਉਹਨਾਂ ਦੀ ਧੀ ਹੈ, ਚਾਹੇ ਉਹ ਵਿਆਹਣ ਤੇ ਚਾਹੇ ਉਹ ਰੱਖਣ, ਆਪਣਾ ਹੁਣ ਕਾਹਦਾ ਜ਼ੋਰ ਆ ਉੱਥੇ। ਰੀਆ ਦੇ ਨਾ ਹੱਲੇ ਸਾਡਾ ਹੱਕ ਹੈਗਾ ਵੈ, ਕਿਉਂਕਿ ਰੀਆ ਦੀ ਕੁੱਖ 'ਚ ਜਿਹੜਾ ਬੱਚਾ ਹੈ ਨਾ ਉਹ ਮੇਰੇ ਭਰਾ ਦਾ ਵੈ, ਨਾਲੇ ਇੱਕ ਗੱਲ ਹੋਰ ਰੀਆ ਵੀ ਨਾ ਇੱਧਰ ਆਉਣ ਨੂੰ ਫਿਰਦੀ ਪਈ ਹੈ। ਹਾਂ ਇਹ ਤਾਂ ਨਾ ਜਦ ਮੈਂ ਹਸਪੀਟਲ ਉਹਦੇ ਨਾਲ ਗੱਲ ਕਰਦੀ ਪਈ ਸੀ ਨਾ ਤਾਂ ਮੈਨੂੰ ਉਹਦੀਆਂ ਗੱਲਾਂ ਤੋਂ ਪਤਾ ਹੀ ਲੱਗਦਾ ਪਿਆ ਸੀ ਵੀ ਉਹ ਨਾ ਇੱਧਰ ਆਉਣ ਨੂੰ ਤਿਆਰ ਹੈ, ਪਰ ਨਾ ਆਪਣੀ ਮਾਂ ਤੋਂ ਡਰਦੀ ਪਈ ਆ ਉਹ। ਮੈਂ ਤਾਂ ਨਾ ਰੀਆ ਨੂੰ ਆਪਣੇ ਘਰ ਵਾਪਸ ਲਿਆ ਕੇ ਹੀ ਰਹਿਣਾ ਵੈ, ਮੈਂ ਨਾ ਰੀਆ ਪਿੱਛੇ ਉਹਦੀ ਮਾਂ ਦੇ ਪੈਰ ਹੀ ਪੈ ਗਈ ਹਾਂ, ਜੇ ਤੁਹਾਨੂੰ ਵੀ ਉਹਦੀ ਮਾਂ ਦੇ ਪੈਰ ਹੀ ਪੈਣਾ ਪਿਆ ਨਾ ਤਾਂ ਪੈ ਜਿਓ। ਛੱਡ ਪੁੱਤ ਉਹਦੀ ਨਾ ਉਮਰ ਹਲੇ ਛੋਟੀ ਹੈ, ਕਰਨ ਦੇ ਉਹਨੂੰ ਦੂਜਾ ਵਿਆਹ, ਜੇ ਇੱਧਰ ਆ ਵੀ ਗਈ ਨਾ ਤਾਂ ਸਾਰੀ ਉਮਰ ਨਾ ਬਿਨਾਂ ਆਦਮੀ ਦੇ ਨਹੀਂ ਲੰਘਦੀ ਹੁੰਦੀ। ਮੰਮੀ ਜਿਹੜੀ ਜਨਾਨੀ ਨੇ ਬਿਨਾਂ ਆਦਮੀ ਤੋਂ ਜ਼ਿੰਦਗੀ ਕੱਢਣੀ ਹੁੰਦੀ ਹੈ ਨਾ ਉਹ ਕੱਢ ਲੈਂਦੀ ਹੈ, ਹੁਣ ਤੁਸੀਂ ਵੀ ਤਾਂ ਕੱਢਦੇ ਹੀ ਪਏ ਹੋ, ਜੇ ਤੁਸੀਂ ਰੀਆ ਨੂੰ ਸਮਝਾਓ ਤਾਂ। ਆਪਾਂ ਦੋਨਾਂ ਨੂੰ ਨਾ ਰੀਆ ਕੋਲ ਜਾਣਾ ਚਾਹੀਦਾ, ਸ਼ਾਇਦ ਫਿਰ ਆਪਣੀ ਗੱਲ ਹੀ ਬਣ ਜਾਵੇ। ਮੰਮੀ ਫਿਰ ਨਾ ਆਪਾਂ ਨੂੰ ਰੀਆ ਨੂੰ ਕਿਤੇ ਬਾਹਰ ਮਿਲਣਾ ਪੈਣਾ ਵੈ, ਜੇ ਘਰੇ ਜਾ ਕੇ ਆਪਾਂ ਉਹਦੇ ਨਾਲ ਗੱਲ ਕਰਦੇ ਹਾਂ ਨਾ ਉਹਦੀ ਮਾਂ ਤੇ ਕੋਈ ਗੱਲ ਕਰਨ ਹੀ ਨਹੀਂ ਦਿੰਦੀ। ਜਦੋਂ ਤੂੰ ਕੱਲ ਰੀਆ ਨੂੰ ਮਿਲੀ ਤਾਂ ਤੂੰ ਉਹਦੀ ਅੱਖਾਂ 'ਚ ਦਰਦ ਦੇਖਿਆ ਨਾ, ਯਾਦ ਕਰਦੀ ਹੈ ਨਾ ਹਜੇ ਵੀ ਅੱਜ ਉਹਨੂੰ? ਮੰਮੀ ਐ ਤੇ ਰੀਆ ਦੇ ਕਰਮ ਚੰਗੇ ਨੇ ਜਿਹੜਾ ਕਿ ਉਹ ਬੱਚੇ ਕਰਕੇ ਹੱਲੇ ਵੀ ਸਾਨੂੰ ਦਿਖਦੀ ਪਈ ਹੈ, ਜਿੱਦਾਂ ਅੱਜ ਸਾਡਾ ਸਾਡੇ ਤੋਂ ਦੂਰ ਗਿਆ ਨਾ ਤੇ ਰੀਆ ਨੇ ਵੀ ਉਹਦੇ ਪਿੱਛੇ ਤੁਰ ਜਾਣਾ ਸੀਗਾ, ਇਸ ਕਰਕੇ ਮੈਂ ਕਹਿੰਦੀ ਹਾਂ ਮੰਮੀ ਰੀਆ ਨੂੰ ਆਪਾਂ ਆਪਣੇ ਘਰੇ ਲੈ ਕੇ ਆਉਣਾ। ਜੇ ਉਹਦੀ ਮਾਂ ਮੰਨੇ ਤਾਂ ਹੀ ਰੀਆ ਨੂੰ ਆਪਾਂ ਇੱਧਰ ਲੈ ਕੇ ਆਈਏ। ਮੰਮੀ ਰੀਆ ਦੀ ਮਾਂ ਨਾ ਮੰਨ ਜਾਏਗੀ, ਪਰ ਆ ਜਿਹੜੀ ਵਿਚੋਲਨ ਸੋਨੀਆ ਹੈਗੀ ਹੈ ਨਾ ਉਹੀ ਉਹਦੀ ਮਾਂ ਦਾ ਮਨ ਬਣਨ ਨਹੀਂ ਦਿੰਦੀ, ਜਿੱਦਾਂ ਹੀ ਰੀਆ ਦੀ ਮਾਂ ਦਾ ਮਨ ਬਣਦਾ ਹੈ ਕਿ ਚੱਲ ਆਪਣੀ ਧੀ ਬਾਰੇ ਸੋਚਦੀ ਹਾਂ, ਨਾਲ ਹੀ ਜਾ ਕੇ ਉਹਦਾ ਮਨ ਡਾਵਾ ਡੋਲ ਕਰ ਦਿੰਦੀ ਹੈ। ਕੋਈ ਨਾ ਸੋਨੀਆ ਦੀ ਕੰਨ ਤਾਂ ਮੈਂ ਖਿੱਚ ਦਿੰਦੀ ਹਾਂ, ਪਰ ਰੀਆ ਦੇ ਘਰ ਜਾਣ ਤੋਂ ਪਹਿਲੇ ਨਾ ਤੈਨੂੰ ਉਹਨਾਂ ਘਰ ਫੋਨ ਕਰ ਦੇਣਾ ਚਾਹੀਦਾ ਸੀ, ਕਿਤੇ ਉਹਨਾਂ ਘਰੇ ਹੁਣ ਕਲੇਸ਼ ਨਾ ਪਿਆ ਹੋਵੇ। ਕਿਉਂ ਮੰਮੀ ਰੀਆ ਮੇਰੀ ਭਾਬੀ ਲੱਗਦੀ ਹੈ, ਇੱਦਾਂ ਕਿੱਦਾਂ ਮੈਨੂੰ ਕੋਈ ਰੋਕ ਸਕਦਾ ਉਹਨੂੰ ਮਿਲਣ ਤੋਂ? ਫਿਰ
ਉਹਦੀ ਮਾਂ ਤੈਨੂੰ ਕੁਛ ਫਾਲਤੂ ਤਾਂ ਨੀ ਬੋਲੀ, ਸਹੀ ਤਰੀਕੇ ਉਹਨੇ ਤੇਰੇ ਨਾਲ ਗੱਲ ਕੀਤੀ ਨਾ। ਰੀਆ ਦੇ ਮੰਮੀ ਨਾਲ ਔਖੇ ਹੁੰਦੇ ਸੀਗੀ, ਪਰ ਉਹਨਾਂ ਦਾ ਔਖੇ ਹੋਣਾ ਵੀ ਜਾਇਜ਼ ਹੈ ਕਿਉਂਕਿ ਆਪਾਂ ਉਹਨਾਂ ਦੇ ਧੀ ਨੂੰ ਘੱਟ ਦੁੱਖ ਦਿੱਤੇ ਆ। ਐਵੇਂ ਤਾਂ ਨਾ ਰੀਆ ਦੀ ਮਾਂ ਨੇ ਨਾ ਫਿਰ ਔਖਾ ਹੀ ਭੇਜਣਾ, ਕਿਉਂਕਿ ਅੱਜੂ ਪੂਰੇ ਹੋਏ ਤੇ ਜਦੋਂ ਉਹਦੀ ਮਾਂ ਆਈ ਸੀ ਨਾ ਫਿਰ ਮੈਂ ਕਿਹੜਾ ਉਹਨਾਂ ਦੀ ਘੱਟ ਬੇਇੱਜ਼ਤੀ ਕੀਤੀ ਸੀ। ਮੰਮੀ ਇੰਜ ਤਾਂ ਫਿਰ ਰੀਆ ਨਹੀਂ ਆਉਂਦੀ, ਮੈਨੂੰ ਲੱਗਦਾ ਆਪਾਂ ਨੂੰ ਰੀਆ ਨੂੰ ਲਿਆਉਣ ਵਾਸਤੇ ਨਾ ਚਾਰ ਕੁ ਰਿਸ਼ਤੇਦਾਰ ਇਕੱਠੇ ਕਰ ਲਈਏ ਜਾਂ ਫਿਰ ਆਪਾਂ ਪੰਚਾਇਤ ਬਿਠਾ ਲੈਂਦੇ ਹਾਂ। ਰਿਸ਼ਤੇਦਾਰ ਕੋਈ ਆਪਣੇ ਨਾਲ ਖੜਨੇ ਨਹੀਂ, ਕਿਉਂਕਿ ਨਾ ਅੱਜੂ ਦੇ ਵਿਆਹ ਤੇ ਸਭ ਰਿਸ਼ਤੇਦਾਰਾਂ ਦੇ ਮੂੰਹ ਬਣ ਗਏ ਸੀਗੇ ਕਿ ਇਹਦਾ ਵਿਆਹ ਕਿਉਂ ਚੰਗਾ ਹੋ ਗਿਆ, ਤੇ ਪੰਚਾਇਤ 'ਚ ਆਪਾਂ ਸਾਈਨ ਕਰਕੇ ਆਏ ਸੀ ਕਿ ਇਹ ਸਾਨੂੰ ਚਾਹੀਦੀ ਨਹੀਂ। ਮੰਮੀ ਫਿਰ ਕੋਈ ਤਾਂ ਹੱਲ ਲੱਭੋ, ਇਸ ਕਾਰਨ ਨਾ ਬੜੇ ਦੁੱਖ ਦੇਖ ਲਏ ਨੇ, ਪਰ ਉਹਨਾਂ ਖੁਸ਼ੀਆਂ ਮਨਾਉਣ ਦਾ ਟਾਈਮ ਹੈ। ਜਿਹੜੀ ਮਾਂ ਦੇ ਮਨ ਵਿੱਚ ਨਾ ਧੀ ਨੂੰ ਲੈ ਕੇ ਡਰ ਪੈਦਾ ਹੋ ਜਾਵੇ ਨਾ ਫਿਰ ਉਹ ਨਾ ਧੀ ਨੂੰ ਔਖੀ ਦੌੜਦੇ ਨੇ। ਮੰਮੀ ਤੁਹਾਨੂੰ ਇੱਕ ਖੁਸ਼ੀ ਦੀ ਗੱਲ ਦੱਸਾਂ, ਮੈਂ ਨਾ ਕੱਲ ਰੀਆ ਨੂੰ ਦੇਖ ਕੇ ਆਈ ਹਾਂ ਅਤੇ ਉਹਦਾ ਨਾ ਪੇਟ ਵੀ ਨਹੀਂ ਹੈਗਾ, ਮੈਨੂੰ ਤਾਂ ਇੱਦਾਂ ਲੱਗਦਾ ਪਿਆ ਕਿ ਮੁੰਡਾ ਹੀ ਹੋਏਗਾ, ਜੇ ਮੁੰਡਾ ਹੋ ਗਿਆ ਨਾ ਤਾਂ ਆਪਣਾ ਅੱਜੂ ਵਾਪਸ ਆ ਜਾਏਗਾ। ਬਸ ਮੰਮੀ ਰੀਆ ਘਰ ਵਾਪਸ ਆ ਜਾਵੇ ਅਤੇ ਤੰਦਰੁਸਤ ਉਹਦਾ ਬੱਚਾ ਹੋ ਜਾਵੇ ਅਤੇ ਸਾਡੀ ਸਾਰਿਆਂ ਦੀ ਜ਼ਿੰਦਗੀ ਬੜੀ ਸੌਖੀ ਹੋ ਜਾਏਗੀ। ਮੁੰਡਾ ਹੋਵੇ ਚਾਹੇ ਕੁੜੀ ਹੋਵੇ, ਹੈਗੇ ਤਾਂ ਮੇਰੇ ਪੁੱਤ ਦੀ ਨਿਸ਼ਾਨੀ ਹੈ ਨਾ, ਬਸ ਦੋਨੋਂ ਮੈਨੂੰ ਸਹੀ ਸਲਾਮਤ ਚਾਹੀਦੇ ਆ। ਚਲੋ ਮੰਮੀ ਫਿਰ ਉੱਠੋ, ਆਪਾਂ ਨਾ ਪਹਿਲੇ ਸਰੋਜ ਆਂਟੀ ਨਾਲ ਗੱਲ ਕਰਕੇ ਆਉਂਦੇ ਹਾਂ, ਗਵਾਂਢ ਮੱਥਾ ਵੈ ਕਿਸੇ ਟਾਈਮ ਵੀ ਲੋੜ ਪੈ ਸਕਦੀ ਹੈ। ਸਰੋਜ ਨਾਲੋਂ ਪਹਿਲੇ ਨਾ ਆਪਾਂ ਨਾ ਪ੍ਰੀਤ ਦੀ ਸੱਸ ਬਲਵਿੰਦਰ ਕੌਰ ਕੋਲ ਚੱਲਦੇ ਹਾਂ, ਜੇ ਉਹਦੇ ਨਾਲ ਗੱਲ ਹੋਵੇ ਤਾਂ ਸ਼ਾਇਦ ਆਪਣਾ ਕੋਈ ਹੱਲ ਹੀ ਹੋ ਜਾਵੇ। ਆਹੋ ਮੰਮੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਜੇ ਪ੍ਰੀਤ ਦੀ ਸੱਸ ਕਿਤੇ ਹਾਮੀ ਭਰ ਦੇਵੇ ਤੇ ਸਾਡੀ ਗਰੰਟੀ ਲੈ ਲਵੇ ਤੇ ਸਾਡਾ ਕੰਮ ਕਿੰਨਾ ਆਸਾਨ ਹੋ ਜਾਵੇ। ਚੱਲ ਕੋਈ ਨੀ, ਤੂੰ ਸਰੋਜ ਕੋਲ ਚੱਲੀ ਸੀ ਨਾ, ਤੂੰ ਰਹਿਣ ਦੇ, ਆਪਾਂ ਸ਼ਾਮ ਨੂੰ ਨਾ ਜਾਂ ਕੱਲ ਨੂੰ ਨਾ ਬਲਵਿੰਦਰ ਕੋਲ ਚੱਲਦੇ ਆ, ਫਿਰ ਦੇਖਦੇ ਆ ਕੀ ਗੱਲ ਬਣਦੀ ਆ। ਬਸ ਫਿਰ ਮੰਮੀ ਮੈਂ ਤੇ ਪਰਮਾਤਮਾ ਦੇ ਅੱਗੇ ਇਹੀ ਅਰਦਾਸ ਕਰਦੀ ਆ, ਜਿੱਦਾਂ ਕਿੱਦਾਂ ਕਰਕੇ ਰੀਆ ਨੂੰ ਸਾਡੇ ਘਰ ਵਾਪਸ ਭੇਜਣ, ਫਿਰ ਆਪਾਂ ਕਦੇ ਉਹਨਾਂ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ। ਲੈ ਭੈਣੇ ਪੀ ਨਾਰੀਅਲ ਪਾਣੀ ਤੇ ਆਪਣਾ ਨਾ ਮਨ ਥੋੜ੍ਹਾ ਜਿਹਾ ਹੌਲਾ ਕਰ ਲੈ, ਉਈ ਘਰ ਵੜੀ ਰਹਿੰਦੀ ਹੈ ਅਤੇ ਘੁੱਟਣ ਘੁੱਟਣ ਜੀ ਮਹਿਸੂਸ ਕਰਦੀ ਰਹਿੰਦੀ ਹੈ। ਬਹਿ ਜਾ, ਤੂੰ ਖੜਾ ਖੜਾ ਕੀ ਕਰਦਾ, ਤੂੰ ਕਿਉਂ ਸਿੱਟਦਾ ਆਪਣੇ ਵਾਲਾ? ਮੈਂ ਤਾਂ ਉੱਥੇ ਖੜਾ ਖੜਾ ਹੀ ਪੀ ਗਿਆ ਸੀ, ਆਪਦੇ ਵਿੱਚੋਂ ਦੇ ਦੀ ਇੱਕ ਘੁੱਟ। ਚੰਗਾ, ਸਹੀ ਦੱਸਾਂ ਬਾਹਰ ਆਈ ਹਾਂ ਨਾ, ਹਵਾ ਲੱਗਦੀ ਪਈ ਹੈ, ਮਨ ਥੋੜ੍ਹਾ ਵਿਚਰਦਾ ਪਿਆ, ਘਰ ਰਹਿ ਕੇ ਤਾਂ ਘੁੱਟਣ ਜੀ ਮਹਿਸੂਸ ਹੁੰਦੀ ਪਈ ਸੀ। ਆ ਠੰਡੀਆਂ ਹਵਾਵਾਂ ਨਾਲ ਤਾਂ ਮੇਰਾ ਨਾ ਹੁਣ ਵਾਹ ਜਿਹਾ ਹੀ ਪੈ ਗਿਆ, ਇਹ ਤਾਂ ਮੈਂ ਰੋਜ਼ ਹੀ ਲੈਂਦਾ। ਆਹੋ ਸੱਚ, ਤੂੰ ਤਾਂ ਆਪਦੀ ਮੈਡਮ ਨੂੰ ਪਾਰਕਾਂ 'ਚ ਮਿਲਦਾ ਹੈਗਾ, ਵੈਸੇ ਤੂੰ ਕਦੇ ਉਹਨੂੰ ਰੈਸਟੋਰੈਂਟ ਨਹੀਂ ਲੈ ਕੇ ਗਿਆ? ਉਹ ਭੈਣੇ ਪਾਰਕਾਂ ਦੇ ਵਿੱਚ ਸਹੀ ਹੈ, ਆ 20-20 ਰੁਪਏ ਦੀ ਨਾ ਲਿਮਕਾ ਦੀ ਬੋਤਲ ਨਾਲ ਸਰ ਜਾਂਦਾ, ਰੈਸਟੋਰੈਂਟ 'ਚ ਬਿਠਾਓ ਨਾ, ਕਦੇ ਉਹ ਕੀ ਉਹਨੂੰ ਕਹਿੰਦੇ ਨੇ ਸੈਂਡਵਿਚ ਜੇ ਖਵਾਓ, ਕਦੇ ਪੀਜ਼ੇ ਪਾਸਤੇ ਖਵਾਓ, ਰੁਪਈਆ 400-500 ਲੱਗ ਗਿਆ ਜੀ ਪਿਛਲੀ ਵਾਰ, ਮੇਰੇ ਤਾਂ ਕੰਨਾਂ ਨੂੰ ਹੱਥ ਲਵਾ ਤੇ ਉਹਨੇ। ਤਾਂ ਹੀ ਤਾਂ ਵੀਰੇ ਤੈਨੂੰ ਮੰਮੀ ਕਹਿੰਦੇ ਨੇ ਵੀ ਤੂੰ ਅਰੇਂਜ ਮੈਰਿਜ ਕਰਾ ਲਾ, ਆ ਲਵ ਮੈਰਿਜ ਕਰਾਏਗਾ ਅੱਜ ਨਹੀਂ ਤਾਂ ਕੱਲ ਔਖਾ ਹੋਏਗਾ, ਇਹ ਆਸ਼ਕੀਆਂ ਕਰਨੀਆਂ ਕਿਤੇ ਸੌਖੀਆਂ ਥੋੜੀ ਪਈਆਂ ਨੇ, ਜੇਬਾਂ ਖਾਲੀ ਹੋ ਜਾਂਦੀਆਂ ਬੰਦੇ ਦੀਆਂ। ਭੈਣੇ ਮੈਨੂੰ ਨਾ ਆਪਣੇ ਵਿਆਹ ਦਾ ਕੋਈ ਐਡਾ ਹੈ ਨੀਗਾ, ਅੱਜ ਨਹੀਂ ਤਾਂ ਸਾਲ ਬਾਅਦ ਕਰ ਲਾਂਗਾ, ਮੈਨੂੰ ਘਰ ਦੇ ਮਾਹੌਲ ਤੋਂ ਥੋੜ੍ਹਾ ਗੁੱਸਾ ਆਉਂਦਾ ਪਿਆ, ਮੰਮੀ ਨੂੰ ਪਤਾ ਨਹੀਂ ਕੀ ਹੋਇਆ ਪਿਆ, ਕਦੇ ਤੇਰੇ ਮਗਰ ਕਦੇ ਮੇਰੇ ਮਗਰ, ਪ੍ਰੀਤ ਇਹਨਾਂ ਨੂੰ ਵਧੀਆ ਲੱਗਦੀ ਹੈ, ਇਹ ਨਹੀਂ ਅੱਜ ਤੱਕ ਮੇਰੇ ਪੱਲੇ ਪਈ ਗੱਲ। ਗੱਲ ਤਾਂ ਵੀਰੇ ਤੇਰੀ ਸਹੀ ਹੈ, ਮੰਮੀ ਤਾਂ ਆਪ ਮੇਰੇ ਖੇੜੇ ਪਏ ਹੋਏ ਨੇ, ਉੱਤੋਂ ਆਹ ਸੋਨੀਆ ਦੀਦੀ ਉਂਗਲ ਲਾਉਣ ਨੂੰ ਤਾਂ ਮਿੰਟ ਨਹੀਂ ਲਾਉਂਦੀ, ਮੰਮੀ ਮਸਾਂ ਕਿਤੇ ਸ਼ਾਂਤ ਹੋ ਕੇ ਬਹਿੰਦੇ ਨੇ ਤੇ ਆ ਕੇ ਰਿਸ਼ਤੇ ਦੀ ਗੱਲ ਛੇੜ ਦੂਗੀ ਤੇ ਉਹਦੀ ਮੰਮੀ ਨੂੰ ਤੋੜ ਲੱਗ ਜਾਂਦੀ ਆ। ਦੇਖ ਭੈਣੇ ਇੰਨਾ ਕੁ ਤਾਂ ਸਮਝਦਾਰ ਮੈਂ ਵੀ ਹੋ ਗਿਆ ਵਾਂ, ਵੀ ਤੇਰਾ ਦੂਜਾ ਵਿਆਹ ਕਰਾਉਣਾ ਮੈਂ ਵੀ ਉਸ ਹੱਕ ਦੇ ਵਿੱਚ ਨਹੀਂ ਹੈਗਾ, ਕਿਉਂਕਿ ਅੱਜ ਨਹੀਂ ਤਾਂ ਕੱਲ੍ਹ ਤੈਨੂੰ ਫਿਰ ਕੋਈ ਨਾ ਕੋਈ ਦਿੱਕਤ ਆਊਗੀ ਆਊਗੀ, ਨਾਲੇ ਕਿਸੇ ਦਾ ਬੱਚਾ
ਕੋਈ ਐਕਸੈਪਟ ਇਦਾਂ ਕਰ ਥੋੜੀ ਸਕਦਾ। ਵੀਰੇ ਇਹੀ ਗੱਲ ਤਾਂ ਮੈਂ ਮੰਮੀ ਨੂੰ ਸਮਝਾਉਣਾ ਚਾਹੁੰਦੀ ਹਾਂ ਕਿ ਹਰੇਕ ਨੂੰ ਆਪਣਾ ਖੂਨ ਹੀ ਪਿਆਰਾ ਹੁੰਦਾ, ਦੂਜੇ ਦੇ ਖੂਨ ਨੂੰ ਤਾਂ ਮਤਰੇਆ ਕਰਾਰ ਦੇ ਦਿੰਦੇ ਨੇ ਤੇ ਫਿਰ ਵਿਤਕਰੇ ਹੋਣੇ ਸ਼ੁਰੂ ਹੋ ਜਾਂਦੇ ਆ। ਪਰ ਰੀਆ ਉਸ ਦਿਨ ਜਦੋਂ ਹੋਸਪਿਟਲ ਤੇਰੀ ਸੱਸ ਨੂੰ ਮਿਲੇ ਆ ਯਾਰ, ਉਹਨਾਂ ਦੀ ਅੱਖਾਂ ਦੇ ਵਿੱਚ ਨਾ ਇੱਕ ਦਰਦ ਜਿਹਾ ਸੀਗਾ, ਮਤਲਬ ਉਹਨਾਂ ਨੂੰ ਅਹਿਸਾਸ ਹੋਇਆ ਸੀ ਆਪਣੀ ਗਲਤੀ ਦਾ। ਮੇਰੇ ਹਿਸਾਬ ਨਾਲ ਤਾਂ ਤੈਨੂੰ ਉੱਧਰ ਚੱਲ ਜਾਣਾ ਚਾਹੀਦਾ। ਉਹ ਵੀਰੇ ਤੂੰ ਅਹਿਸਾਸ ਦੀ ਗੱਲ ਛੱਡ, ਜਦੋਂ ਮੈਂ ਕੱਲ੍ਹ ਤੈਨੂੰ ਫੋਨ ਨਹੀਂ ਕੀਤਾ ਉਸ ਤੋਂ ਬਾਅਦ ਘਰੇ ਜੈਸਮੀਨ ਦੀਦੀ ਆਏ ਸੀਗੇ ਮੈਨੂੰ ਲੈਣ, ਤੇ ਉਹ ਮੰਮੀ ਦੇ ਪੈਰੀ ਡਿੱਗ ਕੇ ਮਾਫ਼ੀ ਵੀ ਮੰਗ ਕੇ ਗਏ ਨੇ, ਇਸ ਤੋਂ ਥੱਲੇ ਉਹ ਵਿਚਾਰੇ ਹੋਰ ਕਿੰਨਾ ਕੁ ਡਿੱਗ ਜਾਣ। ਦੇਖ ਰਹੀ ਆ ਜੇ ਤੇਰੀ ਸੱਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੈ ਤੇ ਉੱਤੋਂ ਜੈਸਮੀਨ ਦੀਦੀ ਵੀ ਘਰੇ ਆਏ ਨੇ, ਤੇਰਾ ਦਿਲ ਕੀ ਕਹਿੰਦਾ ਤੈਨੂੰ ਉੱਧਰ ਜਾਣਾ ਚਾਹੀਦਾ ਕਿ ਨਹੀਂ? ਵੀਰੇ ਮੇਰਾ ਤਾਂ 101% ਮਨ ਹੈ ਉੱਧਰ ਜਾਣ ਦਾ, ਪਰ ਮਨ ਦੇ ਵਿੱਚ ਨਾ ਇੱਕ ਵਹਿਮ ਜਿਹਾ ਬੈਠਾ ਹੋਇਆ ਤੇ ਉਹ ਹਟਦਾ ਨਹੀਂ ਪਿਆ, ਉਹਦਾ ਮੈਂ ਕੀ ਹੱਲ ਕਰਾਂ ਮੈਨੂੰ ਆਪ ਨੂੰ ਨਹੀਂ ਸਮਝ ਆ ਰਹੀ। ਵਹਿਮ ਕਾਹਦਾ ਵਹਿਮ? ਵੀਰੇ ਸੋਨੀਆ ਦੀਦੀ ਨੇ ਨਾ ਮੇਰੇ ਮਨ ਦੇ ਵਿੱਚ ਡਰ ਪਾਤਾ ਵੀ ਤੇਰੀ ਸੱਸ ਤੇ ਤੇਰੀ ਨਨਾਣ ਤੇਰੇ ਬੱਚੇ ਕਰਕੇ ਤੇ ਇੰਨਾ ਮਿੱਠੇ ਪਿਆਰੇ ਹੋ ਰਹੇ ਨੇ, ਉਹਨਾਂ ਨੇ ਬੱਚਾ ਲੈ ਕੇ ਮੈਨੂੰ ਫਿਰ ਘਰੋਂ ਕੱਢ ਦੇਣਾ ਤੇ ਮੈਨੂੰ ਇਸ ਗੱਲ ਦਾ ਡਰ ਹੈ ਕਿ ਮੈਂ ਫਿਰ ਕਿੱਥੇ ਜਾਊਂਗੀ। ਨਾਲੇ ਮੰਮੀ ਨੇ ਵੀ ਮੈਨੂੰ ਕੱਲ੍ਹ ਗੱਲਾਂ ਦੇ ਵਿੱਚ ਕਹਿ ਦਿੱਤਾ ਵੀ ਜੇ ਤੂੰ ਉਹਨਾਂ ਨਾਲ ਜਾਣਾ ਤੇ ਚੱਲ ਜਾ, ਪਰ ਦੁਬਾਰਾ ਪਵਨ ਤੇ ਪ੍ਰੀਤ ਵੱਲ ਮੂੰਹ ਵੀ ਨਾ ਕਰੀ ਤੇ ਉਹਨਾਂ ਨਾਲ ਰਿਸ਼ਤਾ ਟੁੱਟ ਜਾਣਾ ਮੇਰਾ। ਦੇਖ ਭੈਣ, ਮੰਮੀ ਗੁੱਸੇ 'ਚ ਤਾਂ ਕੁਛ ਨਾ ਕੁਛ ਕਹਿੰਦੇ ਹੀ ਰਹਿੰਦੇ ਨੇ, ਤੂੰ ਦੇਖ ਜੇ ਤੈਨੂੰ ਲੱਗਦਾ ਕਿ ਤੂੰ ਸਹੁਰੇ ਜਾ ਕੇ ਸੁਖੀ ਵੱਸ ਸਕਦੀ ਹੈ ਤੇ ਤੂੰ ਚੱਲ ਜਾ, ਮੰਮੀ ਦਾ ਜਦੋਂ ਗੁੱਸਾ ਠੰਡਾ ਹੋਊਗਾ ਮੈਂ ਆਪੇ ਮੰਮੀ ਨੂੰ ਸਮਝਾ ਦੂੰਗਾ। ਨਾਲੇ ਹਾਂ, ਪ੍ਰੀਤ ਨਾਲ ਤੇਰੀ ਅੱਗੇ ਕਿੰਨੀ ਕੁ ਬਣਦੀ ਆ, ਤੂੰ ਕਿੰਨੇ ਦੁੱਖਾਂ 'ਚੋਂ ਲੰਘੀ ਆ, ਪ੍ਰੀਤ ਨੇ ਕਿੰਨੇ ਕੁ ਫੋਨ ਕਰ ਲਏ, ਕਿੰਨਾ ਕੁ ਦੁੱਖ ਵੰਡਾ ਲਿਆ ਤੇਰੇ ਨਾਲ, ਉਹ ਜਿੱਥੇ ਤੱਕ ਰਹਿ ਗਈ ਆਪਣੇ ਰਿਸ਼ਤੇ ਦੀ ਗੱਲ, ਤੂੰ ਚੁੱਪ ਕਰਕੇ ਨਾ ਆਪਦੇ ਸਹੁਰੇ ਬਹਿ ਜਾ, ਮੈਂ ਚੁੱਪ ਚੁੱਪੇ ਤੈਨੂੰ ਉੱਧਰ ਮਿਲਣ ਆਇਆ ਜਾਇਆ ਕਰੂੰਗਾ। ਵੀਰੇ ਜਾਣ ਦਾ ਮਨ ਤਾਂ ਮੇਰਾ ਵੀ ਹੈਗਾ, ਪਰ ਮੈਂ ਆਪਣੀ ਮਾਂ ਦੇ ਖਿਲਾਫ਼ ਹੋ ਕੇ ਉੱਧਰ ਕਿਵੇਂ ਚੱਲ ਜਾਵਾਂ, ਅਕਸਰ ਹੈ ਤਾਂ ਉਹ ਮੇਰੀ ਮਾਂ ਹੀ ਨਾ। ਨਾਲੇ ਜੇ ਉੱਧਰ ਜਾ ਕੇ ਬੱਚੇ ਤੋਂ ਬਾਅਦ ਸੋਨੀਆ ਦੀਦੀ ਦੀ ਕਹੀ ਹੋਈ ਗੱਲ ਸੱਚ ਹੋ ਗਈ ਫਿਰ ਮੈਂ ਕਿਹੜਾ ਮੂੰਹ ਦਿਖਾਉਂਗੀ ਮੰਮੀ ਨੂੰ? ਮੰਮੀ ਨੇ ਤਾਂ ਇਹੀ ਕਹਿਣਾ ਨਾ ਕਿ ਤੂੰ ਮੇਰੇ ਤੋਂ ਬਿਨਾਂ ਪੁੱਛੇ ਗਈ ਸੀ ਅਤੇ ਉਹਦਾ ਨਤੀਜਾ ਦੇਖ ਲੈ। ਭੈਣੇ ਮੰਮੀ ਨੂੰ ਤਾਂ ਇੱਕੋ ਹੀ ਬੰਦਾ ਸਮਝਾ ਸਕਦਾ, ਤੇ ਤੈਨੂੰ ਵੀ ਪਤਾ ਮੰਮੀ ਉਸ ਬੰਦੇ ਦੀ ਗੱਲ ਨਹੀਂ ਮੋੜ ਸਕਦੇ, ਹੁਣ ਤੂੰ ਦੱਸ ਕਿੱਦਾਂ ਕਰਨਾ। ਹਾਂ ਹਾਂ ਮੈਨੂੰ ਪਤਾ ਤੂੰ ਕਿਹਦੀ ਗੱਲ ਕਰਦਾ ਪਿਆ, ਪਰ ਮੈਨੂੰ ਲੱਗਦਾ ਹਜੇ ਉੱਥੇ ਤੱਕ ਮਾਮਲਾ ਪਹੁੰਚਾਉਣ ਦੀ ਨੌਬਤ ਹੀ ਨਹੀਂ ਆਉਣੀ, ਫਿਲਹਾਲ ਤਾਂ ਆਪਾਂ ਭੈਣ ਭਰਾ ਮੈਨੇਜ ਕਰ ਹੀ ਸਕਦੇ ਹਾਂ ਨਾ। ਵੈਸੇ ਘਰੇ ਰੱਖ ਰੱਖ ਕੇ ਮੈਨੂੰ ਬੋਰ ਹੋ ਗਿਆ ਅਤੇ ਨਾਲੇ ਮੈਂ ਤੇਰੇ ਵਿਆਹ 'ਚ ਵੀ ਅੜਚਣ ਬਣਦੀ ਪਈ ਹਾਂ, ਕਿਤੇ ਤਾਂ ਨਹੀਂ ਮੇਰਾ ਸਾਥ ਦਿੰਦਾ ਪਿਆ? ਮਾਰਾਂਗਾ ਖਿੱਚ ਕੇ ਤੇਰੇ ਬੂਥੇ 'ਤੇ। ਮੇਰੀ ਗੱਲ ਸੁਣ ਭੈਣ, ਮੈਂ ਤਾਂ ਤੈਨੂੰ ਤਾਂ ਉੱਧਰ ਭੇਜਣਾ ਚਾਹੁੰਦਾ ਵੀ ਚੱਲ ਉਹਨਾਂ ਦਾ ਜਵਾਕ ਹੈ ਅਤੇ ਤੇਰੀ ਡਿਲੀਵਰੀ ਉਹਨਾਂ ਘਰ ਹੋ ਜਾਵੇ, ਚਾਹੇ ਮੁੰਡਾ ਹੋਵੇ ਚਾਹੇ ਕੁੜੀ ਹੋਵੇ, ਮੈਂ ਤਾਂ ਕਹਿੰਦਾ ਮੁੰਡਾ ਹੀ ਹੋਵੇ, ਉਹਨਾਂ ਦਾ ਖੂਨ ਉਹਨਾਂ ਨੂੰ ਮਿਲ ਜੂਗਾ। ਵੀਰੇ ਮੈਂ ਤਾਂ ਆਪ ਚਾਹੁੰਦੀ ਹਾਂ ਵੀ ਡਿਲੀਵਰੀ ਉੱਥੇ ਹੀ ਹੋਵੇ, ਕਿਉਂਕਿ ਮੈਨੂੰ ਇੱਦਾਂ ਲੱਗਦਾ ਕਿ ਅੱਜੂ ਉੱਥੇ ਹੀ ਨੇ ਅਤੇ ਕਿਤੇ ਨਾ ਕਿਤੇ ਉਹਨਾਂ ਦੇ ਮਨ ਨੂੰ ਵੀ ਸ਼ਾਂਤੀ ਮਿਲ ਜੂਗੀ। ਤੂੰ ਕੀ ਸੋਚਣ ਬਹਿ ਗਿਆ? ਭੈਣੇ ਆਪਾਂ ਇੱਕ ਡੀਲ ਕਰਦੇ ਹਾਂ, ਤੂੰ ਮੰਮੀ ਨੂੰ ਕੰਪੈਲ ਕਰ ਕਿ ਉਹ ਮੇਰਾ ਵਿਆਹ ਰਾਜੀਕਾ ਨਾ ਕਰਾ ਦੇਣ, ਅਤੇ ਮੈਂ ਮੰਮੀ ਨੂੰ ਕੰਪੈਲ ਕਰਦਾ ਤੈਨੂੰ ਤੇਰੇ ਸਹੁਰੇ ਭੇਜਦਾ। ਲੈ ਤੂੰ ਵੀ ਮੈਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਨਾ ਫਸਾਈ ਰੱਖੀ। ਚੱਲ ਕੋਈ ਗੱਲ ਨਹੀਂ, ਜਿੱਥੇ ਇੰਨੀਆਂ ਮੁਸੀਬਤਾਂ ਸਹੀਆਂ ਉੱਥੇ ਇੱਕ ਮੁਸੀਬਤ ਤੇਰੇ ਕਰਕੇ ਹੋਰ ਸਹੀ, ਜਿੱਥੇ ਮੰਮੀ ਨੂੰ ਇੰਨੀ ਵਾਰੀ ਮਨਾਇਆ ਉੱਥੇ ਤੇਰੇ ਵਾਰੀ ਇੱਕ ਵਾਰੀ ਹੋਰ ਮਨਾ ਲੂੰਗੀ। ਕਰ ਫਿਰ ਡੀਲ।